ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ, ਅੱਜ ਆਪਾਂ ਅਧਿਆਏ 16 ਵਿੱਚ ਸ਼੍ਰੀ ਅਰਜਨ ਦੇਵ ਸਾਹਿਬ ਜੀ ਦਾ ਆਪਣੇ ਤਾਇਆ ਜੀ ਭਾਈ ਸੰਹਾਰੀ ਜੀ ਨਾਲ ਲਾਹੌਰ ਜਾਣ ਦਾ ਪ੍ਰਸੰਗ ਸਰਵਣ ਕਰਾਂਗੇ ਜੀ। ਆਓ ਬੜੇ ਪਿਆਰ ਨਾਲ ਇਹ ਪ੍ਰਸੰਗ ਸਰਵਣ ਕਰੀਏ ਜੀ। ਦੋਵੇਂ ਛੋਟੇ ਪੁੱਤਰਾਂ ਨੇ ਗੁਰੂ ਜੀ ਪਾਸ ਆ ਕੇ ਵੰਦਨਾ ਕੀਤੀ। ਉਹਨਾਂ ਨੇ ਭਾਈ ਸੰਹਾਰੀ ਮੱਲ ਨੂੰ ਨਮਸਕਾਰ ਕੀਤੀ ਅਤੇ ਭਾਈ ਸੰਹਾਰੀ ਮੱਲ ਨੇ ਉਹਨਾਂ ਨੂੰ ਅਸੀਸ ਦਿੱਤੀ। ਗੁਰੂ ਜੀ ਨੇ ਭਾਈ ਮਹਾਂਦੇਵ ਜੀ ਨੂੰ ਕਿਹਾ, ਜਾਓ ਆਪਣੇ ਭਰਾ ਦਾ ਵਿਆਹ ਵੇਖੋ, ਲਾਹੌਰ ਵਿੱਚ ਇਹਨਾਂ ਦੇ ਨਾਲ ਜਾਓ ਅਤੇ ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੋ। ਮਸਤ ਸੁਭਾਅ ਵਾਲੇ ਭਾਈ ਮਹਾਂਦੇਵ ਜੀ ਸੁਣ ਕੇ ਬੋਲੇ, ਕੌਣ ਰਿਸ਼ਤੇਦਾਰ, ਕਿਸ ਦਾ ਰਿਸ਼ਤੇਦਾਰ, ਕਿਉਂ ਜਾਵਾਂ, ਮੇਰੀ ਤਾਂ ਕਿਸੇ ਨਾਲ ਰਿਸ਼ਤੇਦਾਰੀ ਨਹੀਂ ਅਤੇ ਨਾ ਹੀ ਮੈਂ ਅੱਗੇ ਕਿਸੇ ਨਾਲ ਰਿਸ਼ਤੇਦਾਰੀ ਬਣਾਉਣੀ ਚਾਹੁੰਦਾ ਹਾਂ। ਰਿਸ਼ਤੇਦਾਰਾਂ ਦੀ ਕੀ ਹਾਲਤ ਹੈ, ਸਾਰੇ ਆਪਣਾ ਹੀ ਹਿੱਤ ਵੇਖਦੇ ਰਹਿੰਦੇ ਹਨ। ਜਿਹੜਾ ਧਨਹੀਣ ਗਰੀਬ ਹੁੰਦਾ ਹੈ ਉਸਦੇ ਨੇੜੇ ਨਹੀਂ ਜਾਂਦੇ ਹਨ, ਅਮੀਰ ਆਦਮੀ ਦੇ ਬੜੇ ਹਿੱਤੂ ਬਣਦੇ ਹਨ। ਮੈਥੋਂ ਉੱਥੇ ਨਹੀਂ ਜਾਇਆ ਜਾ ਸਕਦਾ, ਮੈਂ ਆਉਣ ਜਾਣ ਦੀ ਖੇਚਲ ਨਹੀਂ ਕਰਨੀ ਚਾਹੁੰਦਾ, ਇਹ ਕਹਿ ਕੇ ਉਸ ਸਮੇਂ ਚੁੱਪ ਹੋ ਗਏ। ਦੂਸਰੇ ਸਪੁੱਤਰ ਨੂੰ ਵੀ ਇਸ ਤਰ੍ਹਾਂ ਵੇਖ ਕੇ ਕਿਰਪਾਲੂ ਗੁਰੂ ਜੀ ਨੇ ਸੋਚਿਆ, ਇਹ ਮੇਰੀ ਆਗਿਆ ਨਹੀਂ ਮੰਨਦੇ ਹਨ, ਇਹ ਆਪਣੀ ਮਤ ਨੂੰ ਵੱਡਾ ਜਾਣਦੇ ਹਨ। ਫਿਰ ਉਹਨਾਂ ਸ਼੍ਰੀ ਅਰਜਨ ਦੇਵ ਜੀ ਵੱਲ ਵੇਖਿਆ, ਜਿਹੜੇ ਕਿ ਬੜੇ ਕੋਮਲ ਅਤੇ ਸੁਸ਼ੀਲ ਹਨ। ਉਹ ਪਿਤਾ ਜੀ ਨੂੰ ਸਾਹਮਣੇ ਹੋ ਕੇ ਨਹੀਂ ਵੇਖਦੇ ਸੀ, ਇਸ ਲਈ ਕਿਸੇ ਗੱਲ ਦਾ ਉੱਤਰ ਕਿਵੇਂ ਦੇ ਸਕਦੇ ਸੀ। ਹੱਥ ਜੋੜ ਕੇ ਸਨਿਮਰ ਹੋ ਕੇ ਅੱਗੇ ਖਲੋ ਗਏ। ਗੁਰੂ ਜੀ ਨੇ ਕਿਹਾ, ਪੁੱਤਰ ਅਰਜਨ, ਆਗਿਆਕਾਰੀ ਬਣ ਕੇ ਆਪਣੇ ਤਾਇਆ ਜੀ ਦੇ ਨਾਲ ਜਾਓ, ਭਰਾ ਦੇ ਵਿਆਹ ਵਿੱਚ ਸ਼ਾਮਲ ਹੋ ਕੇ ਖੁਸ਼ ਹੋਵੋ, ਰਿਸ਼ਤੇਦਾਰਾਂ ਦੀ ਬਰਾਤ ਵਿੱਚ ਜਾ ਕੇ ਉਤਸਵ ਵੇਖੋ, ਜਿਸ ਤਰ੍ਹਾਂ ਦਾ ਵੀ ਹੋਵੇ। ਇੱਕ ਮਹੀਨਾ ਤਾਂ ਇਹਨਾਂ ਦੇ ਨਾਲ ਰਹੋ, ਫਿਰ ਆਪਣੀ ਧਰਮਸ਼ਾਲਾ ਵਿੱਚ ਬੈਠੋ, ਸਾਰੇ ਕਾਰ ਵਿਹਾਰ ਵੇਖ ਕੇ ਚਲਾਓ ਅਤੇ ਸਾਰੀ ਸੰਗਤ ਨੂੰ ਸਤਨਾਮ ਜਪਾਓ। ਜਦ ਅਸੀਂ ਤੁਹਾਨੂੰ ਸੱਦ ਕੇ ਬੁਲਾਈਏ ਅਤੇ ਚਿੱਠੀ ਲਿਖ ਕੇ ਪ੍ਰੇਮ ਵਧਾਈਏ, ਤਦ ਸਾਡੇ ਵੱਲ ਆਵੋ, ਨਹੀਂ ਤਾਂ ਤਦ ਤੱਕ ਉਸ ਨਗਰ ਵਿੱਚ ਹੀ ਠਹਿਰੋ। ਗੁਰੂ ਪਿਤਾ ਜੀ ਦੇ ਬਚਨ ਸੁਣ ਕੇ ਸ਼੍ਰੀ ਅਰਜਨ ਦੇਵ ਜੀ ਨੇ ਹੱਥ ਜੋੜ ਕੇ ਬਚਨ ਕੀਤੇ, ਇਹ ਤਾਂ ਆਪ ਜੀ ਮੈਨੂੰ ਸੌਖੇ ਕੰਮ ਵਾਸਤੇ ਭੇਜ ਰਹੇ ਹੋ, ਜਿੱਥੇ ਬਹੁਤ ਆਨੰਦ ਹੋਵੇਗਾ, ਜਿੱਥੇ ਜਾਣ ਵਿੱਚ ਜੀਵਨ ਸੰਸੇ ਹੋਣ, ਅਜਿਹੀ ਆਗਿਆ ਮੈਨੂੰ ਬਿਨਾਂ ਸ਼ੰਕੇ ਦੇਵੋ। ਹੇ ਪਿਤਾ ਜੀ, ਮੈਂ ਉੱਥੇ ਜਾਣ ਵਿੱਚ ਦੇਰ ਨਹੀਂ ਕਰਾਂਗਾ, ਆਪਣੇ ਪ੍ਰਾਣਾਂ ਦੀ ਵੀ ਪਰਵਾਹ ਨਹੀਂ ਕਰਾਂਗਾ ਅਤੇ ਤੁਰੰਤ ਉੱਥੇ ਪਹੁੰਚ ਜਾਵਾਂਗਾ। ਇਹ ਕਹਿ ਕੇ ਸਰਲ ਸੁਭਾਅ ਵਾਲੇ ਸ਼੍ਰੀ ਅਰਜਨ ਦੇਵ ਜੀ ਆਪਣੇ ਤਾਇਆ ਜੀ ਨਾਲ ਚੱਲਣ ਵਾਸਤੇ ਤਿਆਰ ਹੋ ਗਏ। ਫਿਰ ਆਪਣੇ ਮਾਤਾ ਜੀ ਬੀਬੀ ਭਾਨੀ ਜੀ ਪਾਸ ਗਏ, ਲਾਹੌਰ ਚੱਲਣ ਦਾ ਸਾਰਾ ਹਾਲ ਕਹਿ ਦਿੱਤਾ। ਬੀਬੀ ਭਾਨੀ ਜੀ ਨੇ ਪਿਆਰ ਕਰਕੇ ਆਪਣੇ ਪਾਸ ਬਿਠਾਇਆ, ਵੱਡੇ ਭਾਗਾਂ ਵਾਲੇ ਦੇ ਮੱਥੇ ਨੂੰ ਚੁੰਮਿਆ ਅਤੇ ਕਿਹਾ, ਹੇ ਪੁੱਤਰ, ਸੁਣੋ, ਆਪਣੇ ਪਿਤਾ ਜੀ ਦੀ ਆਗਿਆ ਮੰਨੋ, ਆਪਣੇ ਭਲੇ ਲਈ ਸਦਾ ਆਗਿਆ ਵਿੱਚ ਰਹਿਣਾ ਚਾਹੀਦਾ ਹੈ, ਗੁਰਤਾ ਘਰ ਤੋਂ ਬਾਹਰ ਨਾ ਜਾਵੋ। ਪਹਿਲਾਂ ਸੇਵਾ ਕਰਕੇ ਦਾਸ ਪਾ ਲੈਂਦੇ ਸਨ, ਪ੍ਰੀਥੀਏ ਦਾ ਹੰਕਾਰੀ ਸੁਭਾਅ ਹੈ, ਉਹ ਆਪਣੇ ਪਿਤਾ ਜੀ ਦੀ ਆਗਿਆ ਅਨੁਸਾਰ ਨਹੀਂ ਰਹਿੰਦਾ ਹੈ। ਮਹਾਂਦੇਵ ਦਾ ਮਸ ਸੁਭਾਅ ਹੈ, ਉਹ ਹਾਣ ਲਾਭ ਕੁਝ ਨਹੀਂ ਸਮਝਦਾ, ਮੈਨੂੰ ਕੇਵਲ ਤੇਰੇ 'ਤੇ ਹੀ ਭਰੋਸਾ ਹੈ। ਹੇ ਗੁਣਾ ਸਹਿਤ ਦੋਸ਼ ਰਹਿਤ ਪੁੱਤਰ, ਤੂੰ ਹੀ ਗੁਰਤਾ ਪ੍ਰਾਪਤ ਕਰੇਗਾ। ਹੇ ਪੁੱਤਰ, ਸ਼੍ਰੀ ਗੁਰੂ ਨਾਨਕ ਦੇਵ ਜੀ ਆਦਿ ਨੇ ਆਪਣੇ ਸੇਵਕ 'ਤੇ ਪ੍ਰਸੰਨ ਹੋ ਕੇ ਗੁਰਤਾ ਦਿੱਤੀ ਹੈ, ਉਸ ਤਰ੍ਹਾਂ ਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਮੇਰੇ ਪਿਤਾ ਜੀ ਨੇ ਵੱਡੀ ਸੇਵਾ ਵੇਖ ਕੇ ਗੁਰਤਾ ਦਿੱਤੀ ਹੈ। ਉਹਨਾਂ ਦੇ ਬਰਾਬਰ ਤੁਸੀਂ ਘਾਲਣਾ ਘਾਲੋ ਅਤੇ ਹਰ ਸਮੇਂ ਗੁਰੂ ਜੀ ਦੀ ਆਗਿਆ ਅਨੁਸਾਰ ਰਹੋ। ਗੁਰੂ ਜੀ ਕਦੇ ਵੀ ਮੋਹ ਮਮਤਾ ਦੇ ਵਸ ਨਹੀਂ ਹੁੰਦੇ, ਉਹ ਸਦਾ ਹੀ ਸੇਵਕ ਦੀ ਸੇਵਾ 'ਤੇ ਰੀਝ ਕੇ ਵਡਿਆਈ ਦਿੰਦੇ ਹਨ। ਇਸ ਚਿੰਤਾ ਵਿੱਚ ਸਦਾ ਮੇਰਾ ਚਿੱਤ ਡੁੱਬਿਆ ਰਹਿੰਦਾ ਹੈ, ਮੈਂ ਤੇਰੇ ਵਿੱਚ ਹੀ ਇੱਕ ਭਰੋਸਾ ਵੇਖਦੀ ਹਾਂ। ਮੈਂ ਪ੍ਰਿਥੀਏ ਨੂੰ ਬਹੁਤ ਸਮਝਾਉਂਦੀ ਰਹੀ ਹਾਂ, ਉਹ ਨਹੀਂ ਮੰਨਦਾ ਅਤੇ ਹੰਕਾਰ ਕਰਦਾ ਹੈ, ਹੱਥ ਮਲਦੇ ਰਹਿ ਜਾਵਾਂਗੇ ਜੇ ਗੁਰਤਾ ਕੋਈ ਹੋਰ ਸੇਵਾ ਕਰਕੇ ਲੈ ਜਾਵੇਗਾ। ਮੈਂ ਤੈਨੂੰ ਇਸ ਕਰਕੇ ਸਿੱਖਿਆ ਦਿੱਤੀ ਹੈ, ਸਦਾ ਹੀ ਪਿਤਾ ਜੀ ਦੀ ਆਗਿਆ ਅਨੁਸਾਰ ਰਹੋ। ਇਸ ਤਰ੍ਹਾਂ ਕਹਿ ਕੇ ਅੱਖਾਂ ਵਿੱਚ ਜਲ ਭਰ ਆਇਆ, ਕਹਿਣ ਲੱਗੇ, ਹੇ ਪੁੱਤਰ, ਜਾਓ, ਇਸ ਤਰ੍ਹਾਂ ਆਗਿਆ ਕੀਤੀ।
ਆਪਣੇ ਮਾਤਾ ਜੀ ਦੀ ਸਿੱਖਿਆ ਨੂੰ ਬੜੇ ਆਦਰ ਨਾਲ ਮੰਨਿਆ ਅਤੇ ਸਿਰ ਨਿਵਾ ਕੇ ਵੰਦਨਾ ਕੀਤੀ। ਮਾਤਾ ਜੀ ਪਾਸੋਂ ਵਿਦਾਇਗੀ ਲੈ ਕੇ ਬਾਹਰ ਨਿਕਲ ਆਏ, ਕੰਵਲ ਪੱਤਰ ਵਾਂਗ ਨੈਣ ਖਿੜ ਗਏ। ਫਿਰ ਪਿਤਾ ਜੀ ਨੂੰ ਨਮਸਕਾਰ ਕਰਕੇ ਉਸੇ ਵੇਲੇ ਆਪਣੇ ਤਾਇਆ ਜੀ ਦੇ ਨਾਲ ਚੱਲ ਪਏ। ਫਿਰ ਦੋਵਾਂ ਭਰਾਵਾਂ ਨੂੰ ਵੰਦਨਾ ਕਰਕੇ ਛੱਕੜੇ 'ਤੇ ਚੜ੍ਹ ਕੇ ਚਲੇ ਗਏ। ਹੌਲੀ ਹੌਲੀ ਚੱਲ ਕੇ ਸਾਰਾ ਰਸਤਾ ਪਿੱਛੇ ਛੱਡ ਦਿੱਤਾ ਅਤੇ ਲਾਹੌਰ ਦੀ ਨਗਰੀ ਵਿੱਚ ਪ੍ਰਵੇਸ਼ ਕਰ ਗਏ। ਸ਼੍ਰੀ ਸੰਹਾਰੀ ਮੱਲ ਨੇ ਆਪਣੇ ਪੁੱਤਰ ਦਾ ਵਿਆਹ ਰਚਿਆ ਸੀ। ਸ਼੍ਰੀ ਅਰਜਨ ਦੇਵ ਜੀ ਉੱਥੇ ਜਾ ਕੇ ਸਾਰੇ ਮਨੁੱਖਾਂ ਨੂੰ ਮਿਲੇ, ਯਥਾ ਯੋਗ ਸਭ ਨੂੰ ਪ੍ਰਸੰਨ ਕੀਤਾ ਅਤੇ ਬਰਾਤ ਦੇ ਨਾਲ ਜਾ ਕੇ ਸੁੱਖ ਪਾਇਆ। ਜਦ ਤੱਕ ਉਹਨਾਂ ਦੇ ਵਿਆਹ ਦਾ ਕਾਰਜ ਚੱਲਦਾ ਰਿਹਾ ਤਦ ਤੱਕ ਉਹਨਾਂ ਦੇ ਘਰ ਹੀ ਰਹਿੰਦੇ ਰਹੇ। ਫਿਰ ਆਪਣੀ ਧਰਮਸ਼ਾਲਾ ਵਿੱਚ ਠਹਿਰ ਗਏ। ਸਾਰੀ ਸਿੱਖ ਸੰਗਤ ਆਨੰਦ ਨਾਲ ਭਰ ਗਈ। ਆਪਣੇ ਪਿਤਾ ਜੀ ਦੀ ਚਿੱਠੀ ਦਾ ਇੰਤਜ਼ਾਰ ਕਰਦੇ ਸਨ। ਉਹਨਾਂ ਦੇ ਚਰਨ ਕਮਲਾਂ ਨਾਲ ਚਿੱਤ ਦੀ ਪ੍ਰੀਤ ਲੱਗੀ ਹੋਈ ਸੀ। ਦਿਨ ਰਾਤ ਉਹਨਾਂ ਦੀ ਯਾਦ ਵਿੱਚ ਹੀ ਬੀਤ ਜਾਂਦਾ ਸੀ। ਸੰਗਤ ਵਿੱਚ ਬੈਠ ਕੇ ਉਹਨਾਂ ਦੇ ਸ੍ਰੇਸ਼ਟ ਜਸ ਦਾ ਉਚਾਰਨ ਕਰਦੇ ਸਨ। ਪ੍ਰੇਮ ਪ੍ਰਵਾਹ ਵੱਧਦਾ ਹੀ ਜਾਂਦਾ ਸੀ। ਦਰਸ਼ਨ ਕਰਨ ਵਾਸਤੇ ਬਹੁਤ ਵਿਆਕੁਲ ਹੋ ਗਏ ਸਨ। ਖਾਣ ਪੀਣ ਅਤੇ ਸੌਣ ਦੇ ਸੁੱਖ ਹੌਲੀ ਹੌਲੀ ਉਹ ਵੀ ਛੁੱਟ ਗਏ। ਸਤਿਗੁਰੂ ਪਿਤਾ ਜੀ ਬਹੁਤ ਸੁਸ਼ੀਲ ਹਨ, ਹਰ ਸਮੇਂ ਉਹਨਾਂ ਦੀ ਸ਼ਲਾਘਾ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਕਈ ਮਹੀਨੇ ਸ੍ਰੇਸ਼ਟ ਪ੍ਰੇਮ ਨਾਲ ਇੰਤਜ਼ਾਰ ਕਰਦਿਆਂ ਬੀਤ ਗਏ। ਪਿਤਾ ਸਤਿਗੁਰੂ ਸ਼੍ਰੀ ਰਾਮਦਾਸ ਜੀ ਨੇ ਪਰਖਣ ਹਿੱਤ ਉਹਨਾਂ ਨੂੰ ਯਾਦ ਨਾ ਕੀਤਾ। ਪ੍ਰਿਥੀਆ ਦਿਨ ਰਾਤ ਉਹਨਾਂ ਦੇ ਨਾਲ ਰਹਿੰਦਾ ਸੀ। ਆਪਣੇ ਮਨ ਵਿੱਚ ਆਪਣੇ ਆਪ ਨੂੰ ਵੱਡਾ ਜਾਣਦਾ ਸੀ। ਸੋਚਦਾ ਸੀ ਪਿਤਾ ਜੀ ਪਿੱਛੋਂ ਮੈਂ ਗੁਰਗੱਦੀ ਲਵਾਂਗਾ ਅਤੇ ਸਦਾ ਮਨ ਭਾਉਂਦੀਆਂ ਖੁਸ਼ੀਆਂ ਕਰਾਂਗਾ। ਸਾਡੇ ਘਰ ਵਿੱਚ ਹਰ ਪ੍ਰਕਾਰ ਦੀ ਵਡਿਆਈ ਹੈ, ਹਜ਼ਾਰਾਂ ਲੋਕ ਪੈਰੀ ਪੈਂਦੇ ਹਨ। ਨੇਤਾ ਪ੍ਰਤ ਵੱਖਰਾ ਧਨ ਲੁਕਾ ਲੈਂਦਾ ਸੀ। ਸਾਰੀਆਂ ਰੀਤੀਆਂ ਅਨੁਸਾਰ ਦਿਲ ਹੰਕਾਰ ਨਾਲ ਭਰਿਆ ਰਹਿੰਦਾ ਸੀ। ਪਿਤਾ ਜੀ ਦੀ ਕੋਈ ਕੋਈ ਗੱਲ ਮੰਨ ਲੈਂਦਾ ਸੀ, ਨਹੀਂ ਤਾਂ ਬੜੇ ਗੁੱਸੇ ਨਾਲ ਭਰ ਕੇ ਉੱਤਰ ਦਿੰਦਾ ਸੀ। ਸੁਤੰਤਰ ਰਹਿ ਕੇ ਕਾਰ ਵਿਹਾਰ ਕਰਦਾ ਸੀ। ਬਹੁਤ ਲੋਕ ਜਿਸ ਨੂੰ ਪ੍ਰਣਾਮ ਕਰਦੇ ਸਨ। ਜਿੰਨੇ ਵੀ ਗੁਰੂ ਜੀ ਦੀ ਅਗਵਾਈ ਅਧੀਨ ਮਸੰਦ ਸਨ ਸਾਰੇ ਹੀ ਪ੍ਰਿਥੀਏ ਦੀ ਆਗਿਆ ਅਨੁਸਾਰ ਰਹਿੰਦੇ ਸਨ। ਕਿਤੇ ਮਸੰਦ ਆਪ ਹੀ ਕਰਦੇ ਸਨ, ਸੰਗਤ ਤੋਂ ਲਿਆ ਕੇ ਧਨ ਧਰਦੇ ਸਨ। ਅਤ ਸੁਸ਼ੀਲ ਸਤਿਗੁਰੂ ਜੀ ਸੇਵਕਾਂ ਦੀ ਓਟ ਹਨ। ਪ੍ਰਿਥੀਏ ਦਾ ਖੋਟਾ ਸੁਭਾਅ ਵੇਖ ਕੇ ਉਸ ਨੂੰ ਰੋਕਦੇ ਨਹੀਂ ਸਨ, ਚੁੱਪ ਰਹਿੰਦੇ ਸਨ। ਆਪਣੇ ਮੁੱਖ ਤੋਂ ਉਸ ਨੂੰ ਚੰਗਾ ਨਹੀਂ ਸੀ ਕਹਿੰਦੇ, ਉਸ ਨੂੰ ਗੁਰਤਾ ਦੇਣ ਲਈ ਉਚਿਤ ਨਹੀਂ ਸੀ ਸਮਝਦੇ। ਕਹਿੰਦੇ ਸਨ ਜਿਵੇਂ ਜਲ ਨੀਵੇਂ ਥਾਂ ਵਿੱਚ ਹੀ ਟਿਕਦਾ ਹੈ, ਇਸ ਦੇ ਹਿਰਦੇ ਵਿੱਚ ਬਹੁਤ ਵੱਡਾ ਹੰਕਾਰ ਹੈ। ਜਿਵੇਂ ਉੱਚਾ ਟਿੱਬਾ ਹੁੰਦਾ ਹੈ, ਇਸ ਲਈ ਉਸ ਵੱਲੋਂ ਉਦਾਸ ਹੀ ਰਹਿੰਦੇ ਸਨ। ਉਹ ਗੁਰੂ ਜੀ ਦੇ ਪਾਸ ਰਹਿ ਕੇ ਵੀ ਗੁਰੂ ਮਹਿਮਾ ਨੂੰ ਪਛਾਣਦਾ ਨਹੀਂ ਸੀ। ਜਿਵੇਂ ਤੀਰਥ ਦੇ ਨੇੜੇ ਰਹਿਣ ਵਾਲਾ ਕਹੇ ਕਿ ਮੇਰੇ ਕਰਕੇ ਹੀ ਇਸ ਤੀਰਥ ਦੀ ਮਹਿਮਾ ਹੈ ਅਤੇ ਇਸ ਤਰ੍ਹਾਂ ਕਹਿ ਕੇ ਹੰਕਾਰ ਕਰੇ, ਇਸ ਤਰ੍ਹਾਂ ਪ੍ਰਿਥੀ ਦੇ ਮਨ ਵਿੱਚ ਵੱਡਾ ਹੰਕਾਰ ਸੀ। ਉਹ ਨਿਮਰਤਾ ਨੂੰ ਨੇੜੇ ਨਹੀਂ ਸੀ ਆਉਣ ਦਿੰਦਾ। ਭਾਈ ਮਹਾਦੇਵ ਜੀ ਦਾ ਮਤ ਸੁਭਾਅ ਹੈ, ਸਦਾ ਮੌਨ ਧਾਰੀ ਰੱਖਦੇ ਹਨ, ਕੁਝ ਵੀ ਕਹਿੰਦੇ ਨਹੀਂ ਹਨ। ਕਦੀ ਕਦੀ ਗੁਰੂ ਜੀ ਪਾਸ ਚੱਲ ਕੇ ਆਉਂਦੇ ਹਨ, ਨਹੀਂ ਤਾਂ ਕਿਸੇ ਹੋਰ ਥਾਂ ਹੀ ਦਿਨ ਬਤੀਤ ਕਰਦੇ ਹਨ। ਰਾਮਦਾਸ ਜੀ ਨਿਪੁੰਨ ਸਤਿਗੁਰ ਹਨ। ਉਹਨਾਂ ਨੇ ਤਿੰਨਾਂ ਸਪੁੱਤਰਾਂ ਦੀ ਪਰਖ ਕੀਤੀ। ਸ਼੍ਰੀ ਅਰਜਨ ਦੇਵ ਜੀ ਲਾਹੌਰ ਰਹਿੰਦੇ ਸਨ, ਕਦੀ ਵੀ ਉਹਨਾਂ ਨੂੰ ਸੰਦੇਸ਼ ਲਿਖ ਕੇ ਬੁਲਾਉਂਦੇ ਨਹੀਂ ਸਨ। ਉਹਨਾਂ ਦੇ ਹਿਰਦੇ ਵਿੱਚ ਸਦਾ ਪ੍ਰੇਮ ਦਾ ਪ੍ਰਵਾਹ ਚੱਲਦਾ ਸੀ, ਉਹ ਵੱਧਦਾ ਹੀ ਜਾਂਦਾ ਸੀ। ਜਿਵੇਂ ਬਰਸਾਤ ਵਿੱਚ ਨਦੀ ਦਾ ਪਾਣੀ ਵੱਧਦਾ ਹੈ, ਉਹ ਸਵਾਸ ਸਵਾਸ ਗੁਰੂ ਪਿਤਾ ਜੀ ਦਾ ਸਿਮਰਨ ਕਰਦੇ ਸਨ ਅਤੇ ਸੋਚਦੇ ਸਨ ਕਦ ਦਰਸ਼ਨ ਦੇ ਕੇ ਮੇਰੇ ਹਿਰਦੇ ਨੂੰ ਸੁੱਖ ਦੇਣਗੇ। ਰਾਗਾਂ ਵਿੱਚ ਸ਼ਬਦਾਂ ਦਾ ਗਾਇਣ ਕਰਦੇ ਹਨ। ਮਹਾਨ ਪ੍ਰੀਤ ਕਾਰਨ ਚਿੱਤ ਵਿੱਚ ਬੜਾ ਉਤਸ਼ਾਹ ਹੈ, ਅੱਖਾਂ ਵਿੱਚ ਪਾਣੀ ਝਲਕਦਾ ਹੈ, ਰੋਮ ਖੜ੍ਹੇ ਹੋ ਜਾਂਦੇ ਹਨ ਅਤੇ ਮਹਾਂ ਵਿਆਕੁਲ ਹੋ ਜਾਂਦੇ ਹਨ। ਬਿਰਹਾ ਦੀ ਪੀੜ ਕਾਰਨ ਰੰਗ ਪੀਲਾ ਹੋ ਗਿਆ ਅਤੇ ਸਰੀਰ ਦੇ ਸਾਰੇ ਅੰਗ ਦੁਰਬਲ ਹੋ ਗਏ। ਹਰ ਵੇਲੇ ਸੋਚਦੇ ਹਨ ਸਵਾਮੀ ਸਤਿਗੁਰੂ ਜੀ ਨੇ ਮੈਨੂੰ ਵਿਸਾਰ ਦਿੱਤਾ ਹੈ, ਅੰਤਰਜਾਮੀ ਨੇ ਮੈਨੂੰ ਯਾਦ ਵੀ ਨਹੀਂ ਕੀਤਾ ਹੈ। ਆਪਣੇ ਆਪ ਚਲਾ ਜਾਵਾਂ, ਐਸੀ ਮੇਰੀ ਸ਼ਕਤੀ ਨਹੀਂ ਹੈ, ਮੈਂ ਆਪਣੇ ਪਿਤਾ ਜੀ ਦੇ ਬਚਨਾਂ ਦੀ ਕਿਵੇਂ ਉਲੰਘਣਾ ਕਰਾਂ। ਸਾਡੇ ਕਹੇ 'ਤੇ ਹੀ ਇੱਥੇ ਆਉਣਾ, ਇਸ ਬਚਨ ਨੂੰ ਹੀ ਵਾਰ ਵਾਰ ਚਿੱਤ ਵਿੱਚ ਚਿਤਾਰਦੇ ਹਨ। ਜਿਵੇਂ ਪਿੰਜਰੇ ਵਿੱਚ ਪੰਛੀ ਬੰਦ ਕੀਤਾ ਹੋਵੇ ਤਿਵੇਂ ਆਗਿਆ ਦੇ ਅਨੁਸਾਰੀ ਹੋ ਕੇ ਨਹੀਂ ਆਏ, ਬਹੁਤ ਵਾਰ ਲੰਮੇ ਲੰਮੇ ਸਾਹ ਲੈਂਦੇ ਹਨ, ਮੈਨੂੰ ਘਰ ਤੋਂ ਵੱਖਰਾ ਕਰ ਦਿੱਤਾ ਹੈ। ਕਦੀ ਗਾਉਂਦੇ ਹਨ ਤਾਂ ਸੁਰ ਗਦਗਦ ਹੋ ਜਾਂਦੀ ਹੈ, ਪਰਮ ਪ੍ਰਿਯ ਪਿਤਾ ਜੀ ਨੇੜੇ ਨਹੀਂ ਦਿਸਦੇ। ਕਦੀ ਸੰਗਤ ਵਿੱਚ ਗੁਰੂ ਜੀ ਦੇ ਗੁਣ ਕਹਿੰਦੇ ਹਨ ਤਾਂ ਕੰਵਲ ਲੈਣਾ ਵਿੱਚੋਂ ਜਲ ਵਹਿਣ ਲੱਗ ਜਾਂਦਾ ਹੈ। ਇਸ ਪ੍ਰਕਾਰ ਲਾਹੌਰ ਵਿੱਚ ਸਥਿਤ ਰਹੇ ਸਦਾ ਸੋਢੀਆਂ ਦੇ ਸ਼੍ਰੋਮਣੀ ਭਾਵ ਗੁਰੂ ਰਾਮਦਾਸ ਜੀ ਨੂੰ ਯਾਦ ਕਰਦੇ ਹਨ।
ਬਹੁਤ ਬਿਰਹਾ ਉਤਪੰਨ ਹੋਣ ਕਰਕੇ ਵਿਆਕੁਲ ਹੋ ਗਏ ਹਨ। ਗੁਰੂ ਜੀ ਨੂੰ ਮਿਲੇ ਬਿਨਾਂ ਕਿਵੇਂ ਸੁੱਖ ਪ੍ਰਾਪਤ ਕਰਨ? ਇਸ ਤਰ੍ਹਾਂ ਸਤਿਗੁਰੂ ਜੀ ਕਦੀ ਗੋਇੰਦਵਾਲ ਵਿਸ਼ਾਲ ਸੰਗਤਾਂ ਸਹਿਤ ਰਹਿੰਦੇ ਹਨ ਅਤੇ ਕਦੀ ਅੰਮ੍ਰਿਤਸਰ ਵਿੱਚ ਠਹਿਰਦੇ ਹਨ ਅਤੇ ਬਹੁਤ ਸਿੱਖਾਂ ਦੀ ਭੈੜੀ ਮੱਤ ਦਾ ਨਾਸ਼ ਕਰਦੇ ਹਨ। ਸੋ ਸਾਧ ਸੰਗਤ ਜੀ, ਇੱਥੇ ਦੂਸਰੀ ਰਾਸ ਦਾ 16ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪਰ ਸੰਗ ਸੁਣਾਉਂਦਿਆਂ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।